Bahkan di atas yang lebih lucu di sini tahu lah kau lagi. ਹਾਂਜੀ ਸਰ, ਕੀ ਮਾਮਲਾ ਸਰ ਅੱਜ ਦਾ? ਬ੍ਰਦਰ, ਇਸ ਤਰ੍ਹਾਂ ਸੀਗਾ ਕਿ ਆਪਣੇ ਮਾਨਯੋਗ SSP ਅੰਮ੍ਰਿਤਸਰ ਦਿਹਾਤੀ ਸ਼੍ਰੀ ਸਤਿੰਦਰ ਸਿੰਘ ਸਾਹਿਬ ਜੀ ਦੇ ਹੁਕਮਾਂ ਦੇ ਮੁਤਾਬਕ ਜਿਹੜੀ ਕਿ ਅਸੀਂ ਨਸ਼ੇ ਦੇ ਖਿਲਾਫ਼ ਮੁਹਿੰਮ ਵੱਢੀ ਹੋਈ ਹੈ, ਉਸੇ ਕੜੀ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਪਿਛਲੇ ਦਿਨ ਮੁਕੱਦਮਾ 30/24 ਦਰਜ ਕੀਤਾ ਸੀਗਾ, ਜਿਹਦੇ ਵਿੱਚ ਆਪਾਂ 4.5 ਕਿਲੋ ਦੇ ਕਰੀਬ ਹੀਰੋਇਨ, ਜਿਹਦੇ ਵਿੱਚ 388,000 ਰੁਪਇਆ ਡਰੱਗ ਮਣੀ ਸੀਗੀ, ਇੱਕ ਪਿਸਟਲ ਸੀਗਾ, ਕਾਰ ਸੀਗੀ, ਬਰਾਮਦ ਕੀਤਾ ਸੀਗਾ। ਉਸੇ ਕੜੀ ਦੇ ਵਿੱਚ ਫਿਰ ਅੱਗੇ ਲੜੀ ਤੁਰਦਿਆਂ ਉਹਦੇ ਵਿੱਚ ਬੰਦਾ ਨਾਮਜ਼ਦ ਹੋਇਆ ਸੀਗਾ, ਵਿਸ਼ਾਲ ਅਟਾਰੀ ਵਾਲਾ। ਫਿਰ ਉਹਦੀ ਕੜੀ ਤੋਂ ਅੱਗੇ ਫਿਰ ਆਪਾਂ ਲਿੰਕ ਜੋੜਦਿਆਂ ਜਦੋਂ ਉਹਨੂੰ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਗਈ, ਉਹਦੇ ਵਿੱਚੋਂ ਫਿਰ ਦੋ ਬੰਦੇ ਜਿਹੜੇ ਸੀਗੇ, ਹਰਮੀਤ ਅਤੇ ਆਪਣਾ ਹਰੀ, ਇਹ ਨਾਮਜ਼ਦ ਹੋਏ ਸੀਗੇ ਪਿੰਡ ਨਾਰਲੀ ਅਤੇ ਪਿੰਡ ਸੋਸਿੰਗਵਾਲਾ ਤੋਂ। ਇਹਨਾਂ ਕੋਲੋਂ ਆਪਾਂ ਦੋ ਕਾਰਾਂ ਅਤੇ ਇੱਕ ਟਰੈਕਟਰ ਬਰਾਮਦ ਕੀਤਾ ਸੀਗਾ। ਫਿਰ ਉਹਨਾਂ ਦੀ ਅੱਗੇ ਪੁੱਛਗਿੱਛ ਦੇ ਵਿੱਚੋਂ ਫਿਰ ਜਦੋਂ ਉਹਨਾਂ ਨੇ 3 ਗੱਡੀਆਂ ਦੀ ਪੁੱਛਗਿੱਛ ਕੀਤੀ ਗਹਿਰਾਈ ਦੇ ਨਾਲ, ਅੱਗੋਂ ਫਿਰ ਜਾ ਕੇ ਸਾਨੂੰ ਪਤਾ ਲੱਗਦਾ ਕਿ ਜਿਹੜਾ ਇਹ ਬੰਦੇ ਜਿਹੜੇ ਇਸ ਧੰਦੇ ਦੇ ਵਿੱਚ ਲਿਪਤ ਹੈਗੇ ਨੇ, ਇਹ ਜਿੰਨਾ ਪੈਸਾ ਇਹਦੇ ਵਿੱਚੋਂ ਕਮਾ ਰਹੇ ਆ ਜਾਂ ਕਿੱਦਾਂ ਕਰ ਰਹੇ ਨੇ, ਇਕੱਠਾ ਕਰ ਰਹੇ ਨੇ, ਉਹ ਫਿਰ ਇੱਕ ਰਾਜੀਵ ਜੈਨ ਨਾਲ ਦਾ ਵਿਅਕਤੀ ਸੀਗਾ, ਜਿਹੜਾ ਕਿ ਗ੍ਰੀਨ ਇਨਕਲੇਵ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਦੋਂ ਫਿਰ ਆਪਾਂ ਪੁਲਿਸ ਆਪਣੇ ਪਾਰਟੀ ਜਿਹੜੀ ਗਈ ਉੱਥੇ, ਉਹਨਾਂ ਨੇ ਜਦੋਂ ਚੈੱਕ ਕੀਤਾ ਜਾ ਕੇ ਉਹਦੇ ਗੱਡੀ ਸੀਗੀ ਆਲਟੋ, ਜਦੋਂ ਉਹਦੀ ਚੈੱਕ ਚੁੱਕ ਕੀਤੀ ਜਾ ਕੇ ਉਹਦੇ ਵਿੱਚੋਂ ਸਾਨੂੰ ਫਿਰ 8 ਲੱਖ ਰੁਪਇਆ ਬਰਾਮਦ ਹੁੰਦਾ। ਫਿਰ ਉਹਦੇ ਘਰ ਦੀ ਗਹਿਰਾਈ ਨਾਲ ਚੈੱਕ ਕੀਤੀ ਜਾਂਦੀ ਹੈ, ਦੌਰਾਨੇ ਸਰਚ ਫਿਰ ਉਹਦੇ ਘਰ ਦੇ ਵਿੱਚੋਂ ਵੀ ਸਾਨੂੰ ਨੀਅਰ ਅਬਾਊਟ ਕੋਈ ਉੱਪਰ ਵਾਲੇ ਕਮਰੇ 'ਚੋਂ ਕੋਈ 22 ਕੁ ਲੱਖ ਰੁਪਇਆ ਬਰਾਮਦ ਹੁੰਦਾ। ਇਹਦਾ ਮੇਨ ਟਾਈਮ ਜਦੋਂ ਉਹਨੂੰ ਹੋਰ ਗਹਿਰਾਈ ਨਾਲ ਪੁੱਛਗਿੱਛ ਕਰਦੇ ਹਾਂ, ਫਿਰ ਪਤਾ ਲੱਗਦਾ ਕਿ ਉਹਨੂੰ ਫਿਰ ਫਿਰੋਜ਼ਪੁਰ ਅਤੇ ਆਪਣੇ ਉੱਥੋਂ ਜਗਰਾਓਂ ਤੋਂ ਬੰਦੇ ਜਿਹੜੇ ਆ ਉਹ ਡਰੱਗ ਮਣੀ ਲਿਆ ਕੇ ਦੇ ਰਹੇ ਨੇ। ਫਿਰ ਸਾਡੀ ਪੁਲਿਸ ਫੋਰਸ ਨੇ ਉੱਥੇ ਵੇਟ ਕੀਤੀ ਹੈ, ਉਹ ਪੁਲਿਸ ਫੋਰਸ ਨੇ ਵੇਟ ਕਰਨ ਤੋਂ ਬਾਅਦ ਫਿਰ ਜਦੋਂ ਇੱਕ ਸਕੋਰਪੀਓ ਗੱਡੀ ਉੱਥੇ ਆ ਖੜ੍ਹੀ ਹੁੰਦੀ ਹੈ, ਜਦੋਂ ਸਕੋਰਪੀਓ ਗੱਡੀ ਨੂੰ ਚੈੱਕ ਕੀਤਾ ਜਾਂਦਾ, ਉਹਨਾਂ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ, ਫਿਰ ਉਹਨਾਂ ਦੀ ਸਕੋਰਪੀਓ ਗੱਡੀ ਵਿੱਚੋਂ ਲਗਭਗ 25 ਲੱਖ ਦੇ ਕਰੀਬ ਬਰਾਮਦਗੀ ਹੁੰਦੀ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜਿੰਨੀ ਵੀ ਆਪਾਂ ਡਰੱਗ ਮਣੀ ਜਿਹੜੀ ਹੈ ਕੱਲ੍ਹ ਫੜੀ ਹੈਗੀ ਹੈ ਸਾਡੀ ਪੁਲਿਸ ਫੋਰਸ ਨੇ ਮੁਤੈਦੀ ਨਾਲ, ਉਹਦੇ ਵਿੱਚ ਲਗਭਗ ਇਹ ਬਣ ਜਾਂਦੀ ਹੈ 55 ਲੱਖ ਸਮਥਿੰਗ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਫਿਰ ਬੰਦੇ ਜਿਹੜੇ ਆ ਡਰੱਗ ਮਣੀ ਨੂੰ ਅੱਗੇ ਫਿਰ ਹਵਾਲੇ ਦੇ ਰਸਤੇ ਬਾਹਰ ਭੇਜਦੇ ਸੀਗੇ। ਦੇਖੋ ਤੁਸੀਂ ਇਸ ਤਰ੍ਹਾਂ ਨਾ ਕਿ ਇਹ ਬੰਦੇ ਜਿਹੜੇ ਆ ਇਹਨਾਂ ਦੇ ਤਾਰ ਤਾਂ ਨੈਚੁਰਲੀ ਹੈ ਨਾ, ਪਾਕਿਸਤਾਨ ਤੱਕ ਜੁੜੇ ਹੋਏ ਨੇ, ਜਿਹੜੇ ਉੱਥੋਂ ਇਹ ਸਮਾਨ ਮੰਗਵਾਉਂਦੇ ਸੀਗੇ, ਠੀਕ ਹੈ ਜੀ, ਉੱਥੋਂ ਡਰੱਗ ਮੰਗਵਾਉਂਦੇ ਆ, ਡਰੱਗ ਮੰਗਵਾ ਕੇ ਫਿਰ ਇੱਥੇ ਆਪਣੇ ਅਲੱਗ ਅਲੱਗ ਤਰੀਕਿਆਂ ਨਾਲ ਜਿਹੜੇ ਇਹਨਾਂ ਦੇ ਫਿਰ ਉੱਥੇ ਫਿਰ ਇਹ ਸਪਲਾਈ ਕਰਦੇ ਨੇ, ਜਿਹੜੇ ਇਹਨਾਂ ਨੂੰ ਮਨੀ ਕਲੈਕਟ ਹੁੰਦੀ ਹੈ ਉਹ ਫਿਰ ਅੱਗੇ ਜਿਹੜੇ ਆ ਇਹ ਹਵਾਲੇ ਦੇ ਰਸਤੇ ਬਾਹਰ ਭੇਜਦੇ ਸੀ। ਹੁਣ ਤੱਕ ਇਸ ਕੇਸ ਦੇ ਵਿੱਚ ਆਪਾਂ 8 ਦੋਸ਼ੀ ਜਿਹੜੇ ਆ ਉਹ ਆਪਾਂ ਫੜ ਚੁੱਕੇ ਹਾਂ, ਜਿਹਨਾਂ ਵਿੱਚੋਂ 2 ਜਿਹੜੇ ਨੇ ਉਹ ਅੰਡਰ ਇਲਾਜ ਨੇ, ਅਤੇ 6 ਦੇਖੋ ਇਹਦੀ ਤਫਤੀਸ਼ ਅਜੇ ਵੀ ਜਾਰੀ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਇਹਦੇ ਸੰਬੰਧ ਵਿੱਚ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਂਝੇ ਜ਼ਰੂਰ ਕਰ ਦਿੱਤੇ ਜਾਣਗੇ। ਉਹਦੇ ਵਾਸਤੇ ਆਪਾਂ ਪੂਰੀ ਘੋਖ ਨਾਲ ਜਾਂਚ ਰਹੇ ਹਾਂ, ਪੜਤਾਲ ਕਰ ਰਹੇ ਹਾਂ, ਜਿਹੜੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਦਿੱਤੇ ਜਾਣਗੇ। ਥੈਂਕ ਯੂ।